ਮੇਲੇ ਹੋ ਗਏ ਸੱਜਣਾ। ਬੇਬੇ ਕੰਮ ਸ਼ੰਮ ਕਰ ਲੈਣ ਸਾਰੇ ਤੇ ਹੁਣ ਮੈਂ ਚੱਲਾਂ ਮੇਲੇ। ਆਰਤੀ ਉੜ ਹੋ ਗਿਆ ਤੇ ਚੱਲਿਆ ਮੇਲੇ ਤੇ ਹੁਣ ਅਮੀ ਕੋਲ ਪੈਸੇ ਲੈ ਲਈਏ। ਅਮੀ ਪੈਸੇ ਦੇ 1800 ਰੁਪਏ। 100 ਦਾ ਕੀ ਆਣਾ, 100 ਦੀਆਂ ਜਲੇਬੀਆਂ ਵੀ ਨਹੀਂ ਆਣੀਆਂ। ਮੈਂ ਕਹਾਂ ਨਹੀਂ ਆਣੀਆਂ। ਹੋਰ ਦਵੋ 1000 ਰੁਪਇਆ ਮਿਲ ਗਿਆ, ਹੁਣ ਚੱਲੀਏ ਮੇਲੇ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਟਾਈਮ ਹੈ ਤਕਰੀਬਨ 2:30 ਦਾ ਅਤੇ ਅੱਜ ਮੇਲਾ ਜ਼ਫਰਵਾਲ ਬਗੀਚੀ ਅਤੇ ਅਸੀਂ ਚੱਲੇ ਹਾਂ ਮੇਲੇ। ਮੈਂ ਰਾਸ਼ਦ ਅਤੇ ਰੂਣ ਚੱਲੇ ਹਾਂ ਅਤੇ ਪੈਸੇ ਪੂਸੇ ਅਸੀਂ ਲੈ ਲਏ ਨੇ ਅਤੇ ਹੁਣ ਜਾਂਦੇ ਹਾਂ ਮੇਲੇ, ਨਾਲੇ ਉੱਥੇ ਮੌਜਾਂ ਕਰਨੇ ਆ ਅਤੇ ਨਾਲ ਤੁਹਾਨੂੰ ਵੀ ਕਰਾਉਂਦੇ ਹਾਂ ਅਤੇ ਦਿਖਾਉਂਦੇ ਹਾਂ ਅਤੇ ਮੇਲੇ 'ਚ ਕੀ ਕੀ ਹੁੰਦਾ। ਪੈਸੇ ਸਾਨੂੰ ਮਿਲੇ ਨੇ ਜੀ 1000 ਰੁਪਇਆ। ਪਹਿਲੇ ਅਮੀ ਜਾਣ 100 ਰੁਪਇਆ ਦਿੰਦੇ ਵੀ, ਮੈਂ 100 ਰੁਪਇਆ ਦਿੰਦੇ, ਜਲੇਬੀਆਂ ਵੀ ਲਿਆਉਣੀਆਂ, ਜਲੇਬੀਆਂ 250-300 ਰੁਪਏ ਕਿਲੋ ਹੋ ਗਈਆਂ ਨੇ। ਅਤੇ ਪਹਿਲੇ ਜਦੋਂ ਅਸੀਂ ਮੇਲੇ ਜਾਂਦੇ ਰਹੇ, ਪਹਿਲੇ 50 ਰੁਪਏ ਜਾਂ 100 ਰੁਪਇਆ ਮਿਲਦਾ ਰਿਹਾ ਅਤੇ ਉਹਦਾ ਹੀ ਲੈ ਲੈਂਦੇ ਰਹੇ ਹਾਂ, ਪਸਤੌਲ ਅਤੇ ਜਾਂ ਹੋਰ ਕੁਛ। ਅਤੇ ਪਹਿਲੇ ਤਾਂ ਪੈਸੇ ਥੋੜ੍ਹੇ ਮਿਲਦੇ ਰਹੇ, ਹੁਣ ਮਹਿੰਗਾਈ ਵੀ ਹੋ ਗਈ, ਹੁਣ ਪੈਸੇ ਵੀ ਜ਼ਿਆਦਾ ਖੰਡੇ ਪੈਂਦੇ ਨੇ। ਰੌਣਕ ਹੋ ਜੂ ਕੱਟੇਵੇਂ, ਚੱਲ ਮੇਲੇ ਨੂੰ ਚੱਲੀਏ। ਅਤੇ ਮਿਲਣੇ ਆ ਤੁਹਾਨੂੰ ਹੁਣ ਮੇਲੇ ਜਾ ਕੇ। ਲੀਲਾ ਜੀ ਜ਼ਫਰਵਾਲ ਪਹੁੰਚ ਚੁੱਕੇ ਹਾਂ ਅਤੇ ਫੈਸਲ ਭਾਈ ਨੇ ਇੱਥੇ ਕਚਹਿਰੀ ਲੈਣਾ ਸੀ ਅਤੇ ਉਹ ਵੀ ਆ ਗਏ ਨੇ ਅਤੇ ਹੁਣ ਚੱਲੀਏ। ਇਹ ਦੇਖੋ ਜੀ, ਚੱਲੀਏ ਫਿਰ ਮੇਲੇ। ਮੇਲੇ ਪਹੁੰਚ ਗਿਆ ਸੀ ਅਤੇ ਦੇਖੋ ਪਿੱਛੇ ਆਮ ਲੱਗੀ ਦੀ ਝੂਟੇ ਝੂਟੇ ਲੈਣ, ਰਸ਼ ਬੜਾ ਹੀ ਹੈ। ਵੇਖੋ ਜੀ ਕਸ਼ਤੀ ਵਾਲਾ ਝੂਟਾ ਤਾਂ ਆਮ ਬੈਠੀ ਦੇ, ਪੂਰੇ ਮਜ਼ੇ ਲੈ ਰਹੀ ਹੈ। ਇਹਦੇ ਤਾਂ ਡਰ ਵੀ ਬੜਾ ਲੱਗਦਾ। ਉਸ ਤੋਂ ਬਾਅਦ ਉਹ ਪਰੇ ਡੋਲੀ ਵਾਲਾ ਦੇਖੋ, ਮਾਸ਼ਾਅੱਲਾ ਰਸ਼ ਬੜਾ, ਬੜਾ ਵੱਡਾ ਮੇਲਾ ਹੁੰਦਾ। ਅਤੇ ਅੱਗੇ ਜਾ ਕੇ ਲੈਂਦੇ ਹਾਂ ਝੂਟੇ ਝੂਟੇ ਵੀ ਅਸੀਂ ਵੀ। ਇਹ ਵੇਖੋ ਜੀ, ਮੈਂ ਫੈਸਲ ਅਤੇ ਵਸੀ ਅਤੇ ਕਾਸ਼ੀ ਵੀ ਬੈਠੇ ਦਾ ਅਤੇ ਹੁਣ ਵੇਖਣਾ ਕਿਹਦੀਆਂ ਕਿਹਦੀਆਂ ਚੀਕਾਂ ਵੱਜ ਰਹੀਆਂ ਨੇ। ਹੁਣ ਦੇਖੋ ਚੀਕਾਂ ਚੱਲ ਗਈ, ਚੱਲ ਗਈ, ਗੁੱਟ ਕੇ ਗੁੱਟ ਕੇ ਮਾਰ ਲਓ, ਗੁੱਟ ਕੇ ਚੀਕਾਂ ਨਾ ਮਾਰਿਓ। ਉਹ ਚੱਲ ਗਏ ਨੇ ਕਿਤੇ, ਉਹਨਾਂ ਭੇਜ ਛੱਡਿਆ, ਉਹਨਾਂ ਕਹਾ ਚਲਾੜ ਹੁਣ। ਕੈਮਰਾ ਪਿੱਛੇ ਮਾਰ।
ਚਾਰ ਤੇ ਬੜੀ ਨੇ ਮੇਰੀ ਓਏ ਬੱਸ ਅੱਲਾਹੁ ਅਕਬਰ ਅੱਲਾਹੁ ਅਕਬਰ ਸ਼ਾਨ ਨੂੰ ਸਾਹ ਓਏ ਨਹੀਂ ਹੂੰ ਹੂੰ ਨਹੀਂ ਬੈਣਾ ਓਏ ਹੂੰ ਨਹੀਂ ਬੈਣਾ ਇਹ ਨਾ ਨਾ ਓਏ ਸ਼ਾਨ ਨੂੰ ਸਾਹ ਅੱਲਾਹੁ ਅਕਬਰ ਬਾਤ ਨਹੀਂ ਲਾਣਾ ਤੇਰੀ ਮੰਨ ਲਈ ਐ ਲੁੱਡੀਆਂ ਮਾਰ ਲਗਾ ਜੇ ਤੇਰੀ ਮੰਨ ਲਈ ਉਹ ਨਹੀਂ ਮੰਨਣੀ ਓਏ ਅੱਧਾ ਭੁੱਖ ਲੱਗੀ ਦੀ ਸਾਰੀ ਮਿਟ ਗਈ ਐ ਆਹੋ ਤੇ ਮੇਰੀ ਬਸ ਬਸ ਸਲੋ ਹੋ ਗਿਆ ਹੁਣ ਬਸ ਥੱਲੇ ਉਤਰ ਲੱਗਾ ਫੈਸਲ ਭਾਈ ਇਹ ਜ਼ਰਾ ਤੇਲ ਸਾਮ ਕੇ ਉਤਰਨਾ ਮਤਲਬ ਡਿੱਗੇ ਦੇ ਉਹ ਇਹ ਲਾਗੀ 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 ਬ੍ਰੇਕ ਲਾਗੀ ਉਹ ਸਭ ਬਹਿ ਕੇ ਗਸ਼ਤੀ ਦੇ ਆ ਉਹ ਕਿੱਥੇ ਆ ਚਲੋ ਬਾਹਰ ਹੋ ਚੱਲੀਏ ਓਏ ਮਜ਼ਾ ਆ ਗਿਆ ਵੇ ਓ ਮੈਂ ਤਾਂ ਅੱਲਾ ਓਏ ਓਏ ਬਸ ਚੱਲ ਝੂੜਾ ਲੈ ਲਿਆ ਤੇ ਮਜ਼ਾ ਵੀ ਬੜਾ ਆਇਆ ਤੇ ਖੋਫ ਵੀ ਬੜਾ ਆਇਆ ਫੈਸਲ ਭਾਈ ਤੇ ਲੰਮੇ ਪੈ ਗਏ ਨੇ ਪਿੱਛੇ ਤੇ ਬੜੀ ਮੁਸ਼ਕਲ ਹੈ ਇੱਧਰ ਵੇਖੋ ਜੀ ਪੂਰਾ ਥੱਲੇ ਵਾਂ ਤਾਂ ਤੇ ਅਸੀਂ ਪਰ ਇਹ ਲੱਗੇ ਦੇ ਨੇ ਫੈਸਲ ਕੀਤੇ ਓ ਫੈਸਲ ਫੈਸਲ ਨਹੀਂ ਨਜ਼ਰ ਆਉਂਦਾ ਸ਼ਹਿਰ ਵੇਖੋ ਬਸ ਮੇਲਾ ਪੂਰਾ ਸੱਜੇ ਦਾ ਭਾਈ ਵੀਡੀਓ ਬਣਾ ਲਈਏ ਇੱਧਰ ਵੀ ਵੇਖੋ ਪੂਰਾ ਮਾਹੌਲ ਹੈ ਚੈੱਕ ਕਰੋ ਤੁਸੀਂ ਵਿਊ ਚੈੱਕ ਕਰੋ ਜ਼ਫਰਵਾਲ ਦਾ ਇਹ ਮੇਲਾ ਪੂਰਾ ਭਖੇ ਦਾ ਸਾਨੂੰ ਉੱਤੇ ਟੰਗ ਛੜਿਆ ਇਹਨਾਂ ਨੇ ਇਹ ਦੇਖੋ ਨਾਲ ਜ਼ਬਰਦਸਤੀ ਮੈਨੂੰ ਬਿਠਾ ਲਿਆ ਇਹਨਾਂ ਨੇ ਹੁਣ ਵੇਖੋ ਕੀ ਹੁੰਦਾ ਅੱਲਾ ਚੰਗੇ ਕਰੇਗਾ ਲਾ ਇਲਾਹਾ ਇਲੱਲਾ ਕਲਮਾ ਪੜ੍ਹ ਲਓ ਇਹ ਦੇਖੋ ਜੀ ਵਿਊ ਚੈੱਕ ਕਰੋ ਤੁਸੀਂ ਮੈਂ ਆਪਣੇ ਪਰ ਵੀਡੀਓ ਵਾਸਤੇ ਨਾ ਮੈਂ ਚਲੋ ਵਾਂ ਵਿਊ ਦਿਖਾ ਲਈਏ ਵੀਡੀਓ ਵਾਸਤੇ ਮੈਂ ਹੁਣ ਚੱਲੀ ਆ ਜੀ ਥੱਲੇ ਡੋਲੀ ਆਹ ਕਚਹਿਰੀ ਦੀ ਟੈਂਕੀ ਤੇ ਜਿੰਨੇ ਦਿਨੇ ਮੌਤ ਦਾ ਮਜ਼ਾ ਚੱਕਣਾ ਤੇ 50 ਰੁਪਏ ਦੇ ਮਜ਼ਾ ਆਏਗਾ ਪੂਰਾ ਤੇ ਆਇਓ ਜਿੰਨੇ ਦਿਨੇ ਆਣਾ ਡੋਲੀ ਦੇ ਚੱਲ ਰਹੀ ਆ ਦੇਖੋ ਇਹ ਦੇਖੋ ਡੋਲੀ ਤੇ ਬਹਿ ਕੇ ਲੱਗਿਆ ਤਾਂ ਮੈਂ ਚਲੋ ਤੁਹਾਨੂੰ ਇੱਕ ਵਾਰੀ ਫੇਰ ਜ਼ਫਰਵਾਲ ਦੱਸੀ ਆਪਣਾ ਚੈੱਕ ਕਰੋ ਜ਼ਫਰਵਾਲ ਮਾਸ਼ਾਅੱਲਾ ਬੜਾ ਹੀ ਵੱਡਾ ਜ਼ੂਮ ਕਰਕੇ ਦਿਖਾਈਏ ਤੁਹਾਨੂੰ ਨਜ਼ਰ ਆ ਰਿਹਾ ਜ਼ਫਰਵਾਲ ਪੂਰਾ ਡੋਲੀ ਲੱਗੀ ਪਈ ਹੈ ਝੂਟੇ ਝੂਟੇ ਲੈ ਜਾ ਰਹੇ ਨੇ ਤੇ ਦੇਖੋ ਜੀ ਮਾਸ਼ਾਅੱਲਾ ਜ਼ਫਰਵਾਲ ਤੇ ਅਸੀਂ ਇਹਨਾਂ ਤੋਂ ਪਿੱਛੇ ਹਾਂ ਉਹ ਤੋਂ ਥੱਲੇ ਵੀ ਆਇਆ ਵਾ ਫੈਸਲ ਉਹ ਸਾਹਮਣੇ ਖਲੋਤੇ ਦਾ ਥੱਲੇ ਇੱਕ ਤੀ ਆਇਆ ਉਹ ਫੈਸਲ ਖਲੋਤੇ ਦਾ ਬਹੁਤ ਭੜੇ ਆ ਇੱਧਰ ਵੀ ਵੇਖ ਲਓ ਤੁਸੀਂ ਇੱਧਰ ਵੀ ਆ ਜਾਓ ਤੁਹਾਨੂੰ ਇਹ ਪੰਜਾਬ ਕਾਲਜ ਵਾਲੀ ਸਾਈਡ ਆ ਇੱਧਰ ਥੱਲੇ ਹੁਣ ਅਸੀਂ ਜਾ ਰਹੇ ਥੱਲੇ ਇਹ ਉੱਤੇ ਸਾਨੂੰ ਬਾਹਰ ਕੱਢ ਲਿਆ ਉਹਨਾਂ ਨੇ ਇਹ ਥੱਲੇ ਜਾਂਦੇ ਹਾਂ ਫਿਰ ਬੜਾ ਨਹੀਂ ਝੂਠਾ ਹੋਊਗਾ ਜੀ ਬੜਾ ਡਰ ਲੱਗਿਆ ਹੁਣ ਚੱਲੀਏ ਪਿੰਡ ਕੁਛ ਖਾਣੇ ਪੀਣੇ ਦੇ ਪਿੰਡ ਚੱਲਣਾ ਸਰ ਮੇਲੇ ਵਾਲੀ ਸਾਈਡ ਤੋਂ ਜ਼ਿਆਦਾ ਹਟ ਗਏ ਰੋਲਾ ਹੀ ਬੜਾ ਪਾਇਆ ਗਲਾ ਬਹਿ ਗਿਆ ਮੇਰਾ ਤੇ ਹੁਣ ਅਸੀਂ ਚੱਲਿਆ ਪਿੰਡ ਇੰਨਾ ਝੂਠਾ ਬੜਾ ਇਹ ਤਾਂ ਜ਼ਰੂਰੀ ਹੈ ਅਤੇ ਹੁਣ ਅਸੀਂ ਜਾ ਰਹੇ ਹਾਂ ਪਿੰਡ ਬੜਾ ਮਜ਼ਾ ਆਇਆ ਮੇਲੇ 'ਤੇ ਖਾਣ ਪੀਣ ਵਾਲੇ ਘਰ ਵਾਲੂ ਕਿਹਾ ਅਤੇ ਘਰ ਵਾਲੇ ਕਹਿੰਦੇ ਨਹੀਂ ਲੈਣਾ ਅਤੇ ਮੈਂ ਚਲੋ ਫਿਰ ਚੱਲੀਏ ਜਾ ਕੇ ਖੇਲਣਾ ਵੀ ਹੈ ਅਲਹਮਦੁਲਿਲਾ ਜੀ ਸਹੀ ਸਲਾਮਤ
ਪਹੁੰਚ ਗਏ ਜੀ ਪਿੰਡ ਤੇ ਆ ਜਾਂਦੇ ਸੀ ਪੱਠੇ ਲੈਣ ਫੁੱਲ ਇੰਜੋਏ ਕੀਤਾ ਅੱਜ ਮੇਲੇ ਤੇ ਤੇ ਬੜਾ ਮਜ਼ਾ ਆਇਆ ਨੂੰ ਤੇ ਹੁਣ ਪੱਠੇ ਛੜੇ ਵੱਢ ਲਈਏ ਫੈਸਲ ਲੱਗੇ ਦਾ ਜੀ ਦਾਤਰੇ ਨਾਲ ਪੱਠੇ ਵੜਨ ਦਿਖਾਉਂਦੇ ਆ ਤੁਹਾਨੂੰ ਉਹ ਜੇ ਦਾਤਰਾ ਫੇਰ ਰਿਹਾ ਜਹਾਜ ਪੂਰੀ ਪੂਰੀ ਇਹਨੂੰ ਵੀ ਫੈਸਲ ਮਜ਼ਾ ਆਇਆ ਮੇਲੇ ਤੇ ਨਹੀਂ ਚੀਕਾਂ ਚੀਕਾਂ ਬਣੀਆਂ ਵੱਜੀਆਂ ਨੇ ਪੂਰਾ ਡਰ ਰਿਹਾ ਹੈ ਵੱਢ ਲਾ ਪੱਠੇ ਉਹ ਮੈਂ ਵੀ ਨਹੀਂ ਜਾਣਾ ਮੈਂ ਚਲੋ ਵੀਡੀਓ ਬਣਾ ਲੈਂਦੇ ਹਾਂ ਜਦੋਂ ਬੈਠੇ ਆ ਨਾ ਡੋਲੀ ਦੇ ਉਹਦੇ 'ਤੇ ਕਸ਼ਤੀ 'ਤੇ ਫੈਸਲ ਸਾਹਿਬ ਦੇ ਪਿੱਛੇ ਲੰਮੇ ਪੈ ਬਾਈ ਸਾਹਿਬ ਅੱਜ ਮੇਲੇ 'ਤੇ ਬੜਾ ਇੰਜੋਏ ਕੀਤਾ ਬੜਾ ਅਤੇ ਹੁਣ ਅਸੀਂ ਆ ਗਏ ਜੀ ਘਰ ਪਹੁੰਚ ਗਏ ਹਾਂ ਅਲਹਮਦੁਲਿਲਾ ਪਹਿਲੇ ਵੀ ਬੜੇ ਮੇਲੇ ਵੇਖਣ ਮੈਂ ਜਿਹੜਾ ਮਸਲਾ ਅੱਜ ਸਾਰਿਆਂ ਤੋਂ ਬਹੁਤਾ ਮਜ਼ਾ ਆਇਆ ਕਿਉਂਕਿ ਪਹਿਲੇ ਮੈਂ ਨਾ ਡੋਲੀ 'ਤੇ ਝੂਟਾ ਲਏ ਦਾ ਅਤੇ ਨਾ ਕਸ਼ਤੀ 'ਤੇ ਅੱਜ ਉਹਨਾਂ ਦੇ ਵੀ ਝੂਟਾ ਲੈ ਲਿਆ ਫੁੱਲ ਇੰਜੋਏ ਕੀਤਾ ਬੜਾ ਮਜ਼ਾ ਆਇਆ ਆਈ ਹੋਪ ਕਿ ਤੁਹਾਨੂੰ ਵੀ ਵੀਡੀਓ ਅੱਛੀ ਲੱਗੀ ਹੋਏਗੀ ਅਗਰ ਵੀਡੀਓ ਅੱਛੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਬੈਲ ਆਈਕਨ ਦਬਾਓਗੇ ਤਾਂ ਫਿਰ ਹੀ ਕੰਮ ਬਣਨਾ ਤਾਂ ਕਿ ਮੇਰੀ ਲੇਟੈਸਟ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਆਪਣੇ ਭਾਈ ਨੂੰ ਇੰਜੀ ਸਪੋਰਟ ਕਰਦੇ ਰਹੋ ਇਨਸ਼ਾਅੱਲਾ ਤੁਹਾਡੇ ਵਾਸਤੇ ਚੰਗੇ ਚੰਗੇ ਵੀਡੀਓ ਲੈ ਕੇ ਆਵਾਂ ਕਰਾਂਗੇ ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖਿਓ ਮੈਨੂੰ ਦਬਾਵਾਂ 'ਚ ਯਾਦ ਰੱਖਿਓ ਅੱਲਾ ਹਾਫਿਜ਼। ਇਹ ਦੇਖੋ ਪੂਰਾ ਸ਼ਹਿਰ ਨਜ਼ਰ ਆ ਰਿਹਾ ਉਹ ਲਾੜੇ ਚੜ੍ਹ ਗਈ ਜਮਾ।